ਤੁਸੀਂ ਅੱਜ ਫਲੈਗ ਮਾਰਚ ਕਰ ਰਹੇ ਹੋ ਨਵੀਂ ਕੋਈ ਰਣਨੀਤੀ ਹੈ ਸਟੇਟ ਦੇ ਵਿੱਚ ਜੋ ਅੱਜ ਰੈਗੂਲਰ ਵਿੱਚ ਫਲੈਗ ਮਾਰਚ ਕਰ ਰਹੇ ਹੋ ਅਸੀਂ ਜੀ ਇਹ ਸਾਰੇ ਪਾਸੇ ਕਰ ਰਹੇ ਹਾਂ ਵਿਸ ਰੂਰਲ ਡਿਸਟ੍ਰਿਕਟ ਦੇ ਵਿੱਚ ਫਲੈਗ ਮਾਰਚਸ ਔਰ ਬਾਕੀ ਵੀ ਏਰੀਆ ਡੋਮੀਨੇਸ਼ਨ ਐਕਸਰਸਾਈਜ਼ਸ ਕਰ ਰਹੇ ਹਾਂ ਨਾਕਾਬੰਦੀ ਔਰ ਪੈਟਰੋਲਿੰਗ ਵੀ ਕਰ ਰਹੇ ਹਾਂ ਅਤੇ ਇਸ ਤੋਂ ਪਹਿਲੇ ਵੀ ਮੇਰੇ ਵੱਲੋਂ ਟਾਊਨ ਝੰਡਿਆਲਾ ਵਿੱਚ ਕੀਤੀ ਗਈ ਸੀ ਫਲੈਗ ਮਾਰਚ ਔਰ ਉਸ ਤੋਂ ਪਹਿਲੇ ਟਾਊਨ ਅਜਨਾਲਾ ਅਤੇ ਅਸੀਂ ਇਹ ਸਾਰੇ ਜ਼ਿਲ੍ਹੇ ਦੇ ਵਿੱਚ ਕਰ ਰਹੇ ਹਾਂ ਔਰ ਮੇਨ ਇਸ ਦਾ ਮਕਸਦ ਇਹੀ ਹੈ ਕਿ ਜਿਹੜੇ ਕੋਵਿਡ ਕਰਫਿਊ ਸੰਬੰਧੀ ਗਾਈਡਲਾਈਨਸ ਹੈ ਉਹਨਾਂ ਦੀ ਸਖਤੀ ਨਾਲ ਪਾਲਣਾ ਹੋਵੇ ਔਰ ਉਸ ਤੋਂ ਇਲਾਵਾ ਜਦੋਂ ਫਲੈਗ ਮਾਰਚ ਹੁੰਦੀ ਹੈ ਤਾਂ ਜਿਹੜੀ ਆਮ ਪਬਲਿਕ ਹੈ ਉਹਨਾਂ ਦੇ ਵਿੱਚ ਵੀ ਕਾਫੀ ਇਸ ਚੀਜ਼ ਦਾ ਅਸਰ ਜਾਂਦਾ ਹੈ ਔਰ ਉਹ ਆਪ ਵੀ ਜਿਹੜੇ ਹਦਾਇਤਾਂ ਹੈ ਇੰਸਟਰਕਸ਼ਨਸ ਹੈ ਕਰਫਿਊ ਦੀ ਉਹਨਾਂ ਦੀ ਪਾਲਣਾ ਕਰਦੇ ਹੈ। ਕੋਵਿਡ ਨੂੰ ਲੈ ਕੇ ਕੋਈ ਨਵੀਂ ਗਾਈਡਲਾਈਨ ਜਾਰੀ ਹੈ ਸਰ? ਜਿਹੜੀ ਗਾਈਡਲਾਈਨਸ ਹੈ ਜੀ ਆਲਰੇਡੀ ਤੁਸੀਂ ਉਹਨਾਂ ਦੇ ਅਵੇਅਰ ਹੋ ਅਤੇ ਜਿਹੜੀ ਇਸ਼ੂ ਕੀਤੀ ਗਈ ਹੈ ਅਤੇ ਸਾਰੀ ਗਾਈਡਲਾਈਨਸ ਔਰ ਲੋਕਡਾਊਨ ਸੰਬੰਧੀ ਇੰਸਟਰਕਸ਼ਨਸ ਪੁਲਿਸ ਸਖਤੀ ਨਾਲ ਪਾਲਣਾ ਕਰਾ ਰਹੀ ਹੈ ਔਰ ਉਸ ਤੋਂ ਇਲਾਵਾ ਅਸੀਂ ਪਬਲਿਕ ਅਵੇਅਰਨੈਸ ਦੇ ਲਈ ਵੀ ਸਪੈਸ਼ਲ ਕੈਂਪੇਨਸ ਚਲਾ ਰਹੇ ਹਾਂ ਲਾਊਡ ਸਪੀਕਰਸ ਤੋਂ ਵੀ ਆਟੋਮੋਬਾਈਲਸ ਦੇ ਵਿੱਚ ਵੀ ਅਸੀਂ PA ਸਿਸਟਮਸ ਵਗੈਰਾ ਲਾਏ ਹਾਂ ਜਿਸ ਤੋਂ ਅਸੀਂ ਪਬਲਿਕ ਵਿੱਚ ਅਨਾਊਂਸ ਕਰਾ ਰਹੇ ਹਾਂ। ਜਿੰਨੇ ਵੀ ਸ਼ੋਪਕੀਪਰ ਐਸੋਸੀਏਸ਼ਨਸ ਹੈ ਔਰ ਦੂਜੇ ਜਿਹੜੇ ਮੇਨ ਮਤਲਬ ਪਿੰਡਾਂ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਤੋਂ ਵੀ ਅਸੀਂ ਇਹ ਜਿਹੜੇ ਹਦਾਇਤ ਹੈ ਇਹਨਾਂ ਨੂੰ ਪਬਲਿਸਾਈਜ਼ ਕਰ ਰਹੇ ਹਾਂ। ਸਰ ਕੋਵਿਡ ਦੇ ਸਮੇਂ ਨੂੰ ਲੈ ਕੇ ਇੱਕ ਪੰਜਾਬ ਪੁਲਿਸ ਵੱਲੋਂ ਬਹੁਤ ਸ਼ਲਾਘਾ ਜੋ ਕੰਮ ਕੀਤਾ ਜਾ ਰਿਹਾ ਜੋ ਕਿ ਇੱਕ ਰਾਸ਼ਨ ਕਿੱਟ ਮੁਹੱਈਆ ਕੀਤੀ ਜਾ ਰਹੀ ਉਹਦੇ ਵਿੱਚ ਤੁਹਾਡਾ ਕੀ ਹੈ? ਹਾਂਜੀ ਬਿਲਕੁਲ ਇਹ ਅਸੀਂ ਇਹ ਕਰਾ ਰਹੇ ਹਾਂ ਔਰ ਇਹ ਮਤਲਬ ਸਾਡੇ ਲਈ ਬਹੁਤ ਇੱਕ ਇੰਪੋਰਟੈਂਟ ਕੰਮ ਹੈ ਔਰ ਇੱਕ ਹਿਊਮੈਨੀਟੇਰੀਅਨ ਐਕਸਰਸਾਈਜ਼ ਵੀ ਹੈ ਔਰ ਇਹਦੇ ਵਿੱਚ ਜਿਹੜੀ ਹੈਲਪਲਾਈਨ ਵੀ ਹੈਗੀ 181 ਹੈਲਪਲਾਈਨ ਹੈ 112 ਹੈਲਪਲਾਈਨ ਹੈ ਉਹਦੇ ਵਿੱਚ ਵੀ ਕਾਲ ਕੀਤੀ ਜਾ ਸਕਦੀ ਹੈ ਔਰ ਉਸ ਤੋਂ ਇਲਾਵਾ ਸਾਡੇ ਸਾਰੇ ਥਾਣਿਆਂ ਦੇ ਵਿੱਚ ਵੀ ਸਪੈਸ਼ਲ ਲੰਗਰ ਲਾਏ ਗਏ ਹਨ ਔਰ ਇੱਕ ਕੋਵਿਡ ਕੈਂਟੀਨ ਵੀ ਪੁਲਿਸ ਲਾਈਨ ਦੇ ਵਿੱਚ ਬਣੀ ਹੈ ਔਰ ਉਸ ਤੋਂ ਇਲਾਵਾ ਸਪੈਸ਼ਲ ਜਿਹੜੇ ਫੂਡ ਡਿਸਟ੍ਰੀਬਿਊਸ਼ਨ ਸੰਬੰਧੀ ਵੀ ਕੈਂਪੇਨ ਜਿਹੜੇ ਆ ਉਹ ਡੇਲੀ ਸਾਰੇ SHO ਔਰ ਚੌਕੀ ਇੰਚਾਰਜ ਕਰ ਰਹੇ ਹਨ। ਸਰ ਜੇਕਰ ਕੋਵਿਡ ਦਾ ਕੋਈ ਲਾਜ਼ਮੀ ਸ਼ਿਕਾਰ ਪਾਇਆ ਜਾ ਰਿਹਾ ਉਸ ਵਾਸਤੇ ਜਿਵੇਂ ਸਿਲੰਡਰ ਮਹੱਈਆ ਜਾਂ ਕੁਛ ਇਸ ਤਰ੍ਹਾਂ ਦਾ ਕਰਵਾਇਆ ਜਾਊਗਾ ਤੁਹਾਡੇ ਵੱਲੋਂ ਪੰਜਾਬ ਪੁਲਿਸ ਵੱਲੋਂ ਕਿ ਨਹੀਂ ਕੁਛ ਇਸ ਤਰ੍ਹਾਂ ਦਾ? ਹਾਂਜੀ ਜਿੱਥੇ ਵੀ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਤਾਂ ਡੈਫੀਨੇਟਲੀ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਅੰਮ੍ਰਿਤਸਰ ਡਿਸਟ੍ਰਿਕਟ ਲਈ ਕੋਈ ਨਵੀਂ ਗਾਈਡਲਾਈਨ? ਹਜੇ ਜਿਹੜੀ ਗਾਈਡਲਾਈਨ ਹੈ ਜੀ ਉਹ ਤੁਹਾਨੂੰ ਪਤਾ ਹੀ ਹੈ ਜਿਹੜੀ ਆਲਰੇਡੀ ਡਿਪਟੀ ਕਮਿਸ਼ਨਰ ਆਫਿਸ ਤੋਂ ਵੀ ਜਾਰੀ ਕੀਤੀ ਵੀ ਹੈ ਜਿਹੜੀ ਵੀ ਕੋਈ ਨਵੀਂ ਗਾਈਡਲਾਈਨਸ ਵੀ ਆਉਂਦੀ ਹੈ ਉਹ ਅਸੀਂ ਨਾਲ ਦੀ ਨਾਲ ਹੀ ਸਾਰਿਆਂ ਨੂੰ ਸੂਚਿਤ ਕਰਵਾ ਦਾਂਗੇ। ਓਕੇ ਥੈਂਕ ਯੂ ਸਰ।